सो एक खास गल करके मैं इतने रुकया हैगा, आप इस वेले गढ़ शंकर है जी, पिछे तुसी देख सकदे एक सुनेहा हैगा। मैनूं लगदा कि पंजाब दे नौजवान चाहे पंजाबों बाहर आउंदे ने आनंदपुर साहिब की पवित्र धरती दे उपर होले महल्ले वास्ते जांदे ने, दर्शन दीदारे करन वास्ते जांदे ने, होला महला मनाउण जांदे ने, सिक्खी केसां सुआसां नाल निभाई। पर अज असीं कित्थे, शहीद भाई तारू सिंह जी, मैनूं लगदा कि जदों आपां अरदास करदे आं ते उत्थे वी आ लफ्ज़ बोले जांदे ने, जिन्हां ने सिक्खी केसां सुआसां संग निभाई तिन्हां दा ध्यान धरके बोलो जी वाहिगुरू। भाई तारू सिंह जी दे मूहरे शर्त रखी जांदी है, जां सिक्खी छड़ दिओ, जां केस कतल करवा लो, जां तुहाडी फिर जान बख्श दित्ती जाऊंगी। भाई तारू सिंह जी कहिंदे केस कतल नहीं करवाउणे, खोपर ला के तुहानू शहीद किया जाऊंगा, मंजूर है जी। सो भाई तारू सिंह जी मंजूर करदे ने खोपर लहाउणा, पर अपने केस कतल करवाउणे उन्हां नू मंजूर नहीं। सो मैनूं लगदा कि आ सुनेहा हैगा, अज जिहड़े नौजवान सिक्खी नूं तलांजली दे चुके ने, जिहड़े नाइयां दीआं दुकानां दे मूहरे जा जा के खड़दे आ, दुकानां दे अंदर जा के बहिंदे आ और नाई दे मूहरे सिर झुका के बहिंदे आ कि साडा सिर मुन दे, मैनूं लगदा कि उन्हां वास्ते उन्हां नूं इक सुनेहा हैगा अज। भाई तारू सिंह जी, मैं इत्थे जा रहा सी ते मैं गड्डी इत्थे स्पैशल इस करके रोकी, मैनूं लगा कि जिदा भाई तारू सिंह जी ਉਹ ਸਾਡੀ ਪੀੜ੍ਹੀ ਨੂੰ ਉਹ ਸਾਨੂੰ ਇੱਕ ਸੁਨੇਹਾ ਦੇ ਰਹੇ ਨੇ ਕਿ ਮੈਂ ਆਪਣਾ ਕੇਸ ਕਤਲ ਨਹੀਂ ਕਰਵਾਏ, ਮੇਰੇ ਛੋਟੇ ਵੀਰੋ ਬੱਚਿਓ ਮੈਂ ਤੁਹਾਨੂੰ ਸੁਨੇਹਾ ਦੇਣਾ ਚਾਹੁੰਦਾ ਕਿ ਗੁਰੂ ਸਾਹਿਬ ਜੀ ਨੇ ਜਿਹੜੀ ਸਾਨੂੰ ਦਾਤ ਬਖਸ਼ੀ ਹੈ ਉਹ ਇੰਨੀ ਦਾਤ ਪਵਿੱਤਰ ਹੈ, ਇੰਨੀ ਜ਼ਿਆਦਾ ਕੀਮਤੀ ਹੈ, ਉਸ ਦਾਤ ਨੂੰ ਤੁਸੀਂ ਇੱਦਾਂ ਭੰਗ ਦੇ ਪਹਾੜੇ ਗਵਾਓ ਨਾ, ਆਪਣਾ ਆਪ ਕਾਇਮ ਰੱਖੋ। ਪਿੱਛੇ ਗੱਲ ਕਰਦੇ ਆਏ ਹਾਂ ਆਪਾਂ ਦੀਪ ਸਿੱਧੂ ਦੀ, ਆਪਣੀ ਹੋਂਦ ਦੀ ਗੱਲ ਕਰਦੇ ਆਏ ਹਾਂ, ਮੈਂ ਬੇਨਤੀ ਕਰਾਂ ਜਿਹੜੀ ਸਾਡੀ ਸਿੱਖੀ ਦੀ ਹੋਂਦ ਹੈ, ਜੇ ਆਪਾਂ ਹਕੂਮਤਾਂ ਨੂੰ ਕਹਿੰਦੇ ਹਾਂ ਕਿ ਹਕੂਮਤ ਸਿੱਖੀ ਨੂੰ ਢਾਹ ਲਾ ਰਹੀ ਆ, ਜੇ ਆਪਾਂ ਇਹ ਗੱਲ ਕਹਿੰਦੇ ਹਾਂ ਕਿ ਸਿੱਖੀ ਦੀ ਹੋਂਦ ਨੂੰ ਹਕੂਮਤ ਵੱਲੋਂ ਖਤਰਾ ਆ, ਤਾਂ ਮੈਂ ਬੇਨਤੀ ਕਰਾਂ ਸਿੱਖੀ ਦੀ ਹੋਂਦ ਨੂੰ ਸਾਡੇ ਆਪਣੇ ਵੱਲੋਂ ਵੀ ਖਤਰਾ ਹੈ, ਜਿਹੜੀ ਅਸੀਂ ਆਪ ਢਾਹ ਲਾਉਂਦੇ ਹਾਂ ਆਪਣੀ ਹੋਂਦ ਨੂੰ, ਜਿਹੜੀ ਆਪਣੀ ਹੋਂਦ ਅਸੀਂ ਆਪਣੇ ਇਹਨਾਂ ਹੱਥਾਂ ਦੇ ਨਾਲ ਖਤਮ ਕਰਦੇ ਜਾ ਰਹੇ ਹਾਂ, ਉਹਨੂੰ ਤਾਂ ਆਪਾਂ ਠੀਕ ਕਰ ਸਕਦੇ ਹਾਂ ਨਾ ਜਿੰਨਾ ਕੁ ਸਾਡੇ ਆਪਣੇ ਹੱਥ ਵਿੱਚ ਹੈਗਾ। ਪਿੱਛੇ ਗੱਲ ਕਰਦੇ ਸੀਗੇ ਇੱਕ ਜਗ੍ਹਾ ਮੇਰੇ ਵਾਕਫਕਾਰ ਸੀਗੇ, ਉਹਨਾਂ ਨੇ ਲੰਗਰ ਲਾਇਆ ਹੋਇਆ, ਉਹ ਵੀਰ ਇਤਰਾਜ਼ ਕਰਦੇ ਸੀ, ਕਹਿੰਦੇ ਮੈਨੂੰ ਕਈ ਵਾਰ ਆਪਣੇ ਨੌਜਵਾਨਾਂ ਦੇ ਉੱਪਰ ਇਤਰਾਜ਼ ਵੀ ਹੁੰਦਾ। ਮੈਂ ਕਿਹਾ ਜੀ ਭਾਈ ਸਾਹਿਬ ਕੀ ਗੱਲ ਹੋ ਗਈ, ਕਹਿੰਦੇ ਅਸੀਂ ਲੰਗਰ ਲਾਇਆ ਹੋਇਆ ਇੱਕ ਹਫ਼ਤੇ ਤੋਂ ਰਸਤੇ 'ਚ, ਕਹਿੰਦੇ ਜਦੋਂ ਨੌਜਵਾਨ ਕਈ ਵਾਰ ਜਾਂਦੇ ਆ ਨਾ ਤਾਂ ਉਹਨਾਂ ਨੇ ਮਸਤ ਬਣਾ ਦੇਣਗੇ ਬੀਬਾ, ਟਰੈਕਟਰਾਂ ਦੇ ਉੱਪਰ ਡੀਜੇ ਦੇ ਉੱਪਰ ਮਸਤ ਬਣਾ ਦੇਣਗੇ ਬੀਬਾ। ਸੋ ਇੱਦਾਂ ਦੇ ਗੀਤ ਲਾਏ, ਕਹਿੰਦੇ ਵੀ ਸਾਨੂੰ, ਮੈਂ ਉਹਨਾਂ ਨੂੰ ਪੁੱਛਦਾ ਸੀ ਤੁਸੀਂ ਅਨੰਦਪੁਰ ਸਾਹਿਬ ਤੋਂ ਆਏ ਹੋ, ਸੋ ਉਹ ਜਿਹੜੀ ਜੋ ਕੁਛ ਸਿੱਖੀ ਦੇ ਸੱਭਿਆਚਾਰ ਨੂੰ ਢਾਹ ਲਾਉਣ ਵਾਲਾ ਜਿਹੜਾ ਜੋ ਗੀਤ ਹੈਗੇ ਜੋ ਗਾਣੇ ਉਹ ਸਾਰਾ ਕੁਝ ਸਾਡੇ, ਅਸੀਂ ਨਾਲ ਲੈ ਕੇ ਤੁਰੇ ਹੋਏ ਹਾਂ ਜੇ, ਤਾਂ ਮੈਨੂੰ ਲੱਗਦਾ ਕਿ ਉਹਦੇ ਲਈ ਅਸੀਂ ਜ਼ਿੰਮੇਵਾਰ ਆਪ ਵੀ ਹੈਗੇ ਹਾਂ। ਸੋ ਜਿਹੜੀਆਂ ਆਪਣੀਆਂ ਰਵਾਇਤਾਂ ਨੂੰ ਅਸੀਂ ਖੁਦ ਢਾਹ ਲਾਉਂਦੇ ਹਾਂ, ਮੈਂ ਮੰਨਦਾ ਇਹ ਗੱਲ ਕਿ ਉਹਨਾਂ ਨੇ ਤੁਹਾਡੇ ਆਲੇ ਦੁਆਲੇ ਸਾਡੇ ਆਸੇ ਪਾਸੇ ਇੱਕ ਇੱਦਾਂ ਦਾ ਮਾਹੌਲ ਬਣਾ ਦਿੱਤਾ ਜਿਹਦੇ ਵਿੱਚ ਸਾਡੀ ਕੌਮ ਫਸ ਕੇ ਰਹਿ ਗਈ, ਸਾਡੀ ਨਵੀਂ ਪੀੜ੍ਹੀ ਫਸ ਕੇ ਰਹਿ ਗਈ, ਪਰ ਜਿਹੜੀ ਸਾਨੂੰ ਸਟਰੋਂਗ ਬਣਨ ਦੀ ਜ਼ਰੂਰਤ ਹੈ, ਸਾਨੂੰ ਮਜ਼ਬੂਤ ਬਣਨ ਦੀ ਲੋੜ ਹੈ। ਆਹ ਜਦੋਂ ਦਾ ਆਹ ਸਾਰਾ ਕੁਝ ਇਤਿਹਾਸ ਹੈਗਾ ਜਿਹੜਾ ਸਾਡੇ ਇਤਿਹਾਸ ਦੇ ਪੰਨੇ ਕਦੀ ਪੜ੍ਹ ਕੇ ਵੇਖਿਆ ਕਰੀਏ, ਉਸ ਵੇਲੇ ਵੀ ਇਦਾਂ ਹੀ ਸੀਗਾ, ਉਸ ਵੇਲੇ ਜਿਹੜੇ ਮਜ਼ਬੂਤ ਸਿੰਘ ਸੀਗੇ ਅੱਜ ਉਹਨਾਂ ਦੀ ਯਾਦ ਮਨਾਈ ਜਾਂਦੀ ਹੈ, ਅੱਜ ਇਤਿਹਾਸ ਦੇ ਪੰਨਿਆਂ ਦੇ ਉੱਪਰ ਸੁਨਹਿਰੀ ਅੱਖਰਾਂ ਦੇ ਨਾਮ ਨਾਲ ਉਹਨਾਂ ਦਾ ਹੀ ਨਾਮ ਲਿਖਿਆ ਹੋਇਆ ਜਿਨ੍ਹਾਂ ਨੇ ਆਪਣੇ ਆਪ ਨੂੰ ਮਜ਼ਬੂਤ ਬਣਾ ਕੇ ਰੱਖਿਆ। ਸੋ ਅੱਜ ਮਜ਼ਬੂਤ ਬਣਨ ਦੀ ਲੋੜ ਹੈ, ਜੇ ਦੀਪ ਸਿੱਧੂ ਮਜ਼ਬੂਤ ਬਣਿਆ, ਦੀਪ ਸਿੱਧੂ ਅਗਾਂਹ ਹੌਲੀ ਹੌਲੀ ਕੌਮੀ ਲੀਡਰ ਬਣਨ ਵਾਲੇ ਪਾਸੇ ਨੂੰ ਵੱਧ ਰਿਹਾ ਸੀਗਾ, ਤਾਂ ਉਹਦੀ ਖਾਸੀਅਤ ਇਹ ਸੀਗੀ ਕਿ ਉਹ ਆਪਣੇ ਆਪ ਨੂੰ ਵੀ ਬਦਲ ਰਿਹਾ ਸੀਗਾ, ਉਹਨੇ ਸਮੇਂ ਦੀ ਨਬਜ਼ ਨੂੰ ਪਹਿਚਾਣਿਆ, ਉਹਨੇ ਸਮੇਂ ਦੀ ਹਕੂਮਤ ਕਰ ਕੀ ਰਹੀ ਹੈਗੀ ਆ, ਸਿੱਖੀ ਨੂੰ ਨਿਸਤੋ ਨਬੂਦ ਕਰਨ ਦੇ ਵਾਸਤੇ ਕਿਸ ਕਿਸ ਤਰੀਕੇ ਦੇ ਨਾਲ ਯਤਨਸ਼ੀਲ ਹੈ। ਦੀਪ ਸਿੱਧੂ ਨੇ ਉਹ ਸਾਰੇ ਕਾਸੇ ਨੂੰ ਸਮਝਿਆ ਔਰ ਜਿਹੜਾ ਉਹਨਾਂ ਦਾ ਚੱਕਰ ਵਿਊ ਬਣਿਆ ਹੋਇਆ, ਉਸ ਚੱਕਰ ਵਿਊ ਤੋਂ ਆਪਣੇ ਆਪ ਨੂੰ ਬਚਾ ਕੇ ਕਿੱਦਾਂ ਰੱਖਣਾ ਹੈਗਾ, ਉਹਦੇ ਲਈ ਸਾਨੂੰ ਮਜ਼ਬੂਤ ਹੋਣ ਦੀ ਲੋੜ ਹੈ। ਅਸੀਂ ਆਪਦੇ ਘਰਾਂ ਵਿੱਚ ਜਦੋਂ ਆਪਣੇ ਬੱਚਿਆਂ ਦੇ ਆਨੰਦ ਕਾਰਜ ਕਰਦੇ ਹਾਂ, ਆਪਣੇ ਫੰਕਸ਼ਨ ਕਰਦੇ ਹਾਂ, ਘਰਾਂ ਵਿੱਚ ਆਪਣੇ ਜਿਹੜੇ ਵੀ ਤਿਉਹਾਰ ਮਨਾਉਂਦੇ ਹਾਂ, ਜਨਮ ਦਿਨ ਮਨਾਉਣ ਤੋਂ ਲੈ ਕੇ ਹੋਰ ਸਾਰਾ ਕੁਝ ਜੋ ਕੁਝ ਵੀ ਕਰਦੇ ਹਾਂ ਆਪਾਂ, ਆਪਣੀਆਂ ਰਵਾਇਤਾਂ ਦੇ ਮੁਤਾਬਕ ਕਰੀਏ, ਤਾਂ ਆਪੇ ਹੀ ਸਾਰਾ ਕੁਝ ਠੀਕ ਹੋ ਜਾਊਗਾ। ਹੁਣ ਜੋ ਕੁਛ ਆਪਾਂ ਕਰਦੇ ਹਾਂ, ਸਾਡੇ ਬੱਚੇ ਵੀ ਉਹੀ ਕੁਝ ਵੇਖਦੇ ਆ, ਆਂਢੀ ਗੁਆਂਢੀ ਵੀ ਵੇਖਦੇ ਆ, ਮਹੱਲੇ ਵਾਲੇ ਪਿੰਡ ਵਾਲੇ ਵੀ ਉਹੀ ਕੁਝ ਵੇਖਦੇ ਆ, ਤਾਂ ਫਿਰ ਕੀ ਸੁਨੇਹਾ ਜਾਊਂਗਾ? ਫਿਰ ਉਹਨਾਂ ਨੂੰ ਇਹੀ ਲੱਗਦਾ ਕਿ ਸਿੱਖ ਵੀ ਇਦਾਂ ਦੇ ਹੀ ਹੁੰਦੇ ਆ। ਸੋ ਆਪਣਾ ਨਿਆਰਾਪਨ ਕਾਇਮ ਰੱਖਣ ਦੇ ਲਈ ਯਤਨਸ਼ੀਲ ਹੋਈਏ, ਤੁਸੀਂ ਯਤਨਸ਼ੀਲ ਹੋਊਂਗੇ, ਆਪਾਂ ਸਾਰੇ ਯਤਨਸ਼ੀਲ ਹੋਵਾਂਗੇ, ਤਾਂ ਉਹਦਾ ਪ੍ਰਭਾਵ ਆਸੇ ਪਾਸੇ ਜ਼ਰੂਰ ਪੈਂਦਾ ਹੈਗਾ।
सो जन्मदिन बच्चे का मनाया, हुण जे केक कट्टणे आ जिहड़ा पछमी सभ्याचार असीं आप अडोप्ट कीता हैगा, फिर तुसीं किसे नूं किदां कह सकदे आ कि सिख अपने जन्मदिन किदां मनाउंदे आ, किसे नूं की कहा जा सकदा। फिर गुरु घर जाओ, अरदास करो, अपने फंक्शन गुरु घर हुंदे आ, आनंद कारज हुंदे बच्चे बच्चियां दे। डांसरां कौन नचाउंदा लिया के, भला शराबां दीआं पेटियां कौन लै के आउंदा, असीं आप ही लै के आउंदे ने अपने घरां दे विच, रिश्तेदारां नूं वी पिलाउंदे आ। फिर आ साडा सभ्याचार नहीं आ, ਉਹ ਸਾਰੇ ਕਾਸੇ ਨੂੰ ਬਚਾਉਣ ਦੀ ਲੋੜ ਹੈ। ਆਹ ਤਸਵੀਰ ਇੱਕ ਖਾਸ ਸੁਨੇਹਾ ਦਿੰਦੀ ਹੋਈ ਪ੍ਰਤੀਤ ਹੁੰਦੀ ਹੈ, ਜਿਨ੍ਹਾਂ ਨੇ ਆਪਣੀ ਸਿੱਖੀ ਨੂੰ ਕੇਸਾਂ ਦੇ ਨਾਲ ਨਿਭਾਇਆ, ਉਹਨਾਂ ਨੇ ਕੇਸ ਕਤਲ ਨਹੀਂ ਹੋਣ ਦਿੱਤੇ, ਖੋਪਰਲ ਹੋਣਾ ਮਨਜ਼ੂਰ ਕਰ ਲਿਆ। ਮੈਂ ਉਮੀਦ ਕਰਦਾ ਕਿ ਜਿਹੜੇ ਨੌਜਵਾਨ ਅੱਜ ਇੱਧਰ ਨੂੰ ਇੱਧਰਲੇ ਬੰਨੇ ਆਨੰਦਪੁਰ ਸਾਹਿਬ ਆ, ਇੱਧਰ ਨੂੰ ਜਿੰਨੇ ਵੀ ਨੌਜਵਾਨ ਜਾ ਰਹੇ ਨੇ, ਮੈਂ ਉਮੀਦ ਕਰਦਾ ਕਿ ਇਸ ਤਸਵੀਰ ਤੋਂ ਜ਼ਰੂਰ ਉਹ ਪ੍ਰੇਰਣਾ ਲੈ ਕੇ ਜਦੋਂ ਵਾਪਸ ਆਨੰਦਪੁਰ ਸਾਹਿਬ ਤੋਂ ਘਰਾਂ ਨੂੰ ਪਰਤਣਗੇ, ਜ਼ਰੂਰ ਪ੍ਰਣ ਕਰਕੇ ਆਉਣਗੇ ਕਿ ਅੱਜ ਤੋਂ ਬਾਅਦ ਅਸੀਂ ਨਾਈ ਦੀ ਦੁਕਾਨ 'ਤੇ ਜਾ ਕੇ ਨਾਈ ਦੇ ਮੂਹਰੇ ਸਿਰ ਨਹੀਂ ਝੁਕਾਵਾਂਗੇ, ਅਸੀਂ ਕੇਸ ਕਤਲ ਨਹੀਂ ਕਰਵਾਵਾਂਗੇ।